ਸਾਡੇ ਕੇ 3 ਘੰਟੇ ਸਵਾ 3 ਘੰਟੇ ਸਾਡੀ ਮੀਟਿੰਗ ਚੱਲੀ ਹੈ, ਜਿਹਦੇ ਵਿੱਚ ਇਸ ਵੇਲੇ ਸੀਐਮ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਮੁੱਖ ਸੀਗੇ, ਸਾਰੀ ਅਫਸਰਸਾਈ ਸੀਗੀ ਉੱਥੇ। ਉਹਦੇ ਵਿੱਚ ਸਾਰੇ ਇਸ਼ੂਆਂ 'ਤੇ ਲਗਭਗ ਜਿਹੜੇ ਅਸੀਂ ਤੁਹਾਨੂੰ ਭੇਜਿਆ ਸੀਗਾ ਏਜੰਡਾ, ਉਹ 'ਤੇ ਡਿਸਕਸ ਹੋਈ ਆ ਲੰਮੀ ਚੌੜੀ। ਕਹਿ ਲਓ ਵੀ ਅੱਜ ਜਿਹੜੇ ਵੀ ਸਾਡੇ ਲੀਡਰ ਸਾਹਿਬਾਨ ਗਏ ਸੀ, ਆਪਾਂ ਗਏ ਸੀਗੇ, ਹਰ ਮੁੱਦੇ 'ਤੇ ਬਾ ਦਲੀਲ ਅਸੀਂ ਪੰਜਾਬ ਦਾ ਪੱਖ ਉਹਨਾਂ ਸਾਹਮਣੇ ਰੱਖਿਆ ਵਾ, ਉਹਨਾਂ ਮੰਨਿਆ ਵੀ ਆ। ਇੱਕ ਸੀਗਾ ਸ਼ਹੀਦ ਪਰਿਵਾਰਾਂ ਬਾਰੇ ਵੀ ਸਥਾਈ ਪੋਲਿਸੀ ਬਣਾਈ ਜਾਵੇ। ਸਥਾਈ ਪੋਲਿਸੀ ਦਾ ਮਤਲਬ ਵੀ ਜਦੋਂ ਵੀ ਕਿਸਾਨ ਦੀ ਕੋਈ ਸ਼ਹੀਦੀ ਹੁੰਦੀ ਆ ਤਾਂ ਉਹਦੇ 'ਤੇ ਸਟਰਗਲ ਕਰਨੀ ਪੈਂਦੀ ਆ, ਮੋਰਚਾ ਲਾ ਕੇ ਲੜਨਾ ਪੈਂਦਾ। ਜਿਵੇਂ ਅਸੀਂ ਅੰਮ੍ਰਿਤਸਰ ਦਾ ਮੋਰਚਾ ਲਾਇਆ ਸੀ, ਫਿਰ 2 ਕਿਸਾਨਾਂ ਨੂੰ 10 ਲੱਖ ਰੁਪਇਆ ਇਹਨਾਂ ਨੇ ਦਿੱਤਾ ਹੈਗਾ। ਜਾਂ ਤੁਸੀਂ ਸ਼ਹੀਦ ਸੁਭ ਕਰਨ ਬਾਰੇ ਵੇਖਿਆ ਸੀ, ਬਠਿੰਡੇ 'ਚ ਮੋਰਚਾ ਲਾ ਕੇ ਅਸੀਂ ਉਹ ਪੈਸੇ ਲਏ ਸੀਗੇ। ਅਤੇ ਅਸੀਂ ਕਿਹਾ ਵੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਬਿਆਨ ਦਿੰਦੇ ਆ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਹਾਂ, ਕਿਸਾਨਾਂ ਦੇ ਨਾਲ ਹਾਂ, ਤਾਂ ਫਿਰ ਉਹਨਾਂ ਨੂੰ ਚਾਹੀਦਾ ਵੀ ਉਹ ਇਹਦੀ ਪੋਲਿਸੀ ਬਣਾਉਣ। ਉਹਨਾਂ ਨੇ ਕਿਹਾ ਵੀ ਅਸੀਂ ਪੋਲਿਸੀ ਬਣਾਵਾਂਗੇ, ਸਿਰਫ ਪੰਚਾਇਤ ਇਲੈਕਸ਼ਨ ਆ ਸਾਨੂੰ ਨੰਗ ਲੈਣ ਦਿਓ, ਅਤੇ ਅਸੀਂ ਇਹਦੇ 'ਤੇ ਪੋਲਿਸੀ ਬਣਾ ਦਾਂਗੇ, ਠੀਕ ਹੈ। ਅਤੇ ਬਾਕੀ ਰਹਿੰਦਾ ਜਿਹੜਾ ਮੁਆਵਜ਼ਾ, ਜਿੰਨਾ ਵੀ ਸ਼ਹੀਦ ਪਰਿਵਾਰ ਰਹਿ ਗਿਆ, ਕੋਈ ਅਜੇ 25-30 ਹੈਗੇ ਆ, ਉਹਨਾਂ ਨੂੰ ਪੰਚਾਇਤੀ ਇਲੈਕਸ਼ਨਾਂ ਤੋਂ ਬਾਅਦ ਮੁਆਵਜ਼ਾ ਮੁਹੱਈਆ ਕਰਾਇਆ ਜਾਊਗਾ। ਜਿਹੜੀ ਇੱਕ ਹੈਗੀ ਆ, ਜਿਹੜਾ ਵੱਡਾ ਮਸਲਾ ਗਿਆ ਇਸ ਵੇਲੇ ਮੰਡੀਆਂ ਦਾ, ਵੀ ਜਿਹੜਾ ਇਸ ਵੇਲੇ ਝੋਨੇ ਦੀ ਖਰੀਦ ਦਾ ਵਾ। ਹੁਣ ਵੀ ਸਾਡੇ ਸਾਹਮਣੇ ਪ੍ਰਿੰਸੀਪਲ ਸੈਕਟਰੀ ਸਾਹਿਬ ਕਹਿੰਦੇ ਸੀਗੇ ਵੀ ਮੈਂ ਮੀਟਿੰਗ ਕਰਕੇ ਆਇਆ ਸ਼ੈਲਰ ਮਾਲਕਾਂ ਨਾਲ, ਜਾਂ ਆੜ੍ਹਤੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਆ। ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨਾਲ ਗੱਲ ਕੀਤੀ ਆ। ਉਹਨਾਂ ਦਾ ਆਪਣਾ ਦਾਅਵਾ ਵੈਸੇ ਵੀ ਅਸੀਂ 5-4 ਦਿਨਾਂ 'ਚ ਸਾਰਾ ਇਸ਼ੂ ਖਤਮ ਕਰਵਾ ਦਿਆਂਗੇ। ਸਾਡਾ ਸਿਰਫ ਸਾਫ਼ ਕਹਿਣਾ ਵਾ ਵੀ ਪੰਜਾਬ ਦੇ ਝੋਨੇ ਦੀ ਖਰੀਦ ਦਾ ਮੁੱਦਾ ਬਹੁਤ ਵੱਡਾ ਮੁੱਦਾ ਵਾ, ਅਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ। ਸਾਡੇ ਦੋਵੇਂ ਮੋਰਚੇ ਸਮਝਦੇ ਹੈਗੇ ਆ ਵੀ ਜੇ ਝੋਨੇ ਦੀ ਖਰੀਦ ਦਾ ਮਸਲਾ ਨਾ ਹੱਲ ਹੋਇਆ, ਠੀਕ ਆ, ਤਾਂ ਫਿਰ ਜਿੱਥੇ ਜਿੱਥੇ ਝੋਨੇ ਦੀ ਸਮੱਸਿਆ ਆਊਗੀ ਉੱਥੇ ਉੱਥੇ ਹੀ ਅੰਦੋਲਨ ਕੀਤਾ ਜਾਊਗਾ। ਅਸੀਂ ਤੁਹਾਡੇ ਮਾਧਿਅਮ ਨਾਲ ਅੱਜ ਸਿਰਫ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਦੇਖੋ, ਇਹ ਸਾਡੀ 6 ਮਹੀਨਿਆਂ ਦੀ ਕਮਾਈ ਆ ਜਿਹਦੇ 'ਤੇ ਸਰਕਾਰ ਦੇ ਲਾ ਕਾਨੂੰਨ ਨੇ ਉਹ ਖਰੀਦ ਕਰਦੀ ਯਾਰ। ਸਾਨੂੰ ਕੇਂਦਰ, ਅਸੀਂ ਕਿਉਂਕਿ ਅੰਦੋਲਨ ਕਰ ਰਹੇ ਹਾਂ, ਜਾਣ ਬੁੱਝ ਕੇ ਕਹਿ ਲਓ ਵੀ ਟਾਰਗੇਟ ਕਰ ਰਿਹਾ ਔਰ ਝੋਨੇ ਦੀ ਖਰੀਦ 'ਚ ਵਿਘਨ ਪਾ ਰਿਹਾ, ਅਤੇ ਪੰਜਾਬ ਸਰਕਾਰ ਵੀ ਸਫਲ ਨਹੀਂ ਹੋ ਰਹੀ। ਜੇਕਰ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਭਾਈ ਸੰਘਰਸ਼ ਕਿਸੇ ਕਿਸਮ ਦਾ ਵੀ ਹੋ ਸਕਦਾ, ਫਿਰ ਉਹਦੇ ਲਈ ਸਾਨੂੰ ਜਨਤਾ ਨਾ ਕਹੇ ਵੀ ਸਾਨੂੰ ਸਮੱਸਿਆ ਆ ਰਹੀ ਆ। ਅੱਜ ਵੀ ਅਸੀਂ ਹੱਥ ਬੰਨੇ ਹਾਂ ਤੁਹਾਡੇ ਮਾਧਿਅਮ ਨਾਲ, ਕਹਿ ਰਹੇ ਹਾਂ ਵੀ ਕੇਂਦਰ ਅਤੇ ਪੰਜਾਬ ਨੂੰ ਵੀ ਸਮੇਂ ਸਿਰ ਇਹ ਖਰੀਦ ਵਾਲੇ ਮਸਲੇ ਦਾ ਨਿਪਟਾਰਾ ਕੀਤਾ ਜਾਵੇ। ਇਹਦੀ ਨਾਲ ਦੀ ਨਾਲ ਇਹਦੇ ਨਾਲ ਹੀ 2-3 ਇਸ਼ੂ ਕਰਦੀ ਹੈ ਵੀ ਸਰਕਾਰ ਨੇ ਜਿਹੜਾ ਖਲੜਾ ਲਿਆਂਦਾ ਵਾ ਬਦਲਵੀਆਂ ਖੇਤੀ ਕਰਨ ਦਾ, ਕਣਕ ਝੋਨੇ ਦੇ ਚੱਕਰ 'ਚੋਂ ਬਾਹਰ ਕੱਢਣ ਦਾ, ਜਾਂ ਉਹਦੀ ਪੋਲਿਸੀ ਆ, ਵਾਰ ਵਾਰ ਇਹ ਬੋਲਦੇ ਆ, ਸੈਂਟਰ ਵੀ ਬੋਲਦਾ ਸੀ ਵੀ ਸਮਝਦੇ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ। ਇੱਕ ਬੰਨੇ ਥੋੜ੍ਹਾ ਨਰਮਾ ਜਿਹੜਾ ਵਾ ਉਹ ਨਰਮਾ ਬੈਲਟ ਦਾ ਉਜਾੜਾ ਹੋ ਗਿਆ, ਕਿਉਂਕਿ ਬੀਟੀ ਬੀਜ ਲੈ ਕੇ ਆਏ, ਬੀਟੀ ਬੀਜਾਂ ਕਰਕੇ ਐਤਕੀ 40-45% ਕਾਟਨ ਲੱਗੀ ਨਹੀਂ ਹੈ, ਅਤੇ ਉਹਦਾ ਨੁਕਸਾਨ ਹੋਇਆ, ਇਹਦਾ ਮਤਲਬ ਝੋਨੇ ਹੇਠ ਰਕਬਾ ਵੱਧ ਗਿਆ। ਦੂਜਾ ਅਸੀਂ ਕਿਹਾ ਵੀ ਸਾਨੂੰ ਇਹ ਸਿਖਾਲਿਆ ਜਾਂਦਾ ਮਾਹਰਾਂ ਵੱਲੋਂ ਵੀ ਜਿਹੜੀ ਫਸਲ ਆ ਉਹਨੂੰ ਬਾਜ਼ਾਰ ਨਾਲ ਜੋੜਿਆ ਜਾਵੇ, ਵੀ ਉਹਦੀ ਮੰਗ ਡਿਮਾਂਡ ਹੋਣੀ ਚਾਹੀਦੀ ਆ। ਬਾਸਮਤੀ ਦੀ ਡਿਮਾਂਡ ਪੂਰੇ ਵਰਲਡ ਵਾਈਡ ਆ, ਇਕੱਲੇ 2 ਹੀ ਹਿੱਸੇ ਨੇ ਪੰਜਾਬ ਦੇ, ਸਾਡਾ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਜਿੱਥੇ ਬਾਸਮਤੀ ਹੁੰਦੀ ਆ, ਤਾਂ ਇਹਦੀ ਡਾਲਰ ਦੀ ਮਿਡਲ ਈਸਟ ਦੇ ਵਿੱਚ ਕੀਮਤ ਵਧੀ ਆ, ਇਹਦੀ ਮੰਗ ਵਧੀ ਆ, ਫਿਰ ਵੀ ਸਾਡੀ ਬਾਸਮਤੀ ਮੰਡੀਆਂ 'ਚ ਕਿਉਂ ਰੁਲੀ? ਇਹਦੇ ਲਈ ਕੇਂਦਰ ਜ਼ਿੰਮੇਵਾਰ ਆ, ਪੰਜਾਬ ਜ਼ਿੰਮੇਵਾਰ ਆ। ਅਸੀਂ ਬਾਸਮਤੀ ਕਾਰਪੋਰੇਸ਼ਨ ਬਣਾਉਣ ਦੀ ਮੰਗ ਕਹੀ ਆ, ਉਹਨਾਂ ਕੋਲ ਇਸ ਗੱਲ ਦਾ ਜਵਾਬ ਕੋਈ ਨਹੀਂ ਸੀ ਹੈਗਾ। ਤੁਸੀਂ ਬਾਸਮਤੀ ਰੋਲੋਗੇ, ਅਗਲੀ ਵਾਰੀ ਝੋਨੇ ਹੇਠ ਰਕਬਾ ਹੋਰ ਵਧੂਗਾ। ਨਾਲ ਗੰਨੇ ਦਾ ਅਸੀਂ ਚੁੱਕਿਆ ਵੀ ਫਗਵਾੜਾ ਮਿੱਲ ਦਾ 28 ਕਰੋੜ ਰੁਪਇਆ ਬਕਾਇਆ, ਉਹਦੀ ਪ੍ਰਾਪਰਟੀ ਅਟੈਚ ਹੋਈ ਹੋਈ ਆ, ਠੀਕ ਆ, ਉਹ ਅਜੇ ਤੱਕ ਨਹੀਂ ਦਿੱਤਾ ਜਾ ਰਿਹਾ। ਸਮੇਂ ਸਿਰ ਮਿੱਲਾਂ ਚਲਾਈਆਂ ਜਾਣ, ਸਮੇਂ ਸਿਰ ਮਿੱਲਾਂ ਚੱਲਣ, ਔਰ ਜਿਹੜਾ ਨਵੇਂ ਭਾਅ ਦਾ ਐਲਾਨ ਹੋਵੇ। ਤਾਂ 3 ਬਦਲਵੀਆਂ ਫਸਲਾਂ ਤੁਹਾਨੂੰ ਮੈਂ ਦੱਸੀਆਂ, ਗੰਨਾ, ਬਾਸਮਤੀ
ਤੇ ਆਪਣੀ ਨਰਮਾ ਕਪਾ। ਹੁਣ ਤਿੰਨੇ ਪਾਸੇ ਸਾਨੂੰ ਰੋਲ ਮਿਲ ਰਿਹਾ ਸੀ। ਉਹਨਾਂ ਨੂੰ ਕਿਹਾ ਵੀ ਜੇ ਫਸਲਾਂ ਬਦਲਵੀਆਂ ਤੁਸੀਂ ਖਤਮ ਕਰੋਗੇ ਪੰਜਾਬ 'ਚ ਤੇ ਝੋਨੇ ਹੇਠ ਰਕਬਾ ਹੋਰ ਵਧਣਾ, ਤੇ ਜਿਹੜੇ ਤੁਸੀਂ ਦਾਅਵੇ ਕਰ ਰਹੇ ਹੋ ਸਾਨੂੰ ਕਹਿ ਰਹੇ ਹੋ ਵੀ ਅਸੀਂ ਬਦਲਵੀਆਂ ਫਸਲਾਂ, ਉਹ ਝੂਠੇ ਸਾਬਤ ਹੋਣੇ ਆ। ਤੁਸੀਂ ਸਹੀ ਢੰਗ ਨਾਲ ਇਹਨਾਂ 'ਤੇ ਕੰਮ ਕਰੋ। ਇੱਕ ਤਾਂ ਇਹ ਮਸਲੇ 'ਤੇ ਗੱਲ ਹੋਈ, ਪਰਾਲੀ ਵਾਲੇ ਇਸ਼ੂ 'ਤੇ ਅਸੀਂ ਸਮਝਦੇ ਵੀ ਇਸ਼ੂ ਕੋਈ ਨਹੀਂ ਹੈ। ਅਸੀਂ ਤੁਹਾਨੂੰ ਜਾਂਦੇ ਵੀ ਕਹਿ ਗਏ, ਅਸੀਂ ਸਪਸ਼ਟ ਕਿਹਾ ਵੀ ਇਹ ਪੋਲੀਟੀਕਲ ਵਾਰ ਆ ਕੇਂਦਰ ਦੀ ਸਾਡੇ ਖਿਲਾਫ਼, ਵੀ 2% ਪ੍ਰਦੂਸ਼ਣ ਦੇ ਉੱਤੇ ਸਾਰਾ ਰੌਲਾ ਪੈ ਰਿਹਾ। ਸਾਰੇ ਚੈਨਲਾਂ 'ਤੇ ਡਿਬੇਟ ਹੋ ਰਹੀ ਹੈ, ਚੱਲ ਚੈਨਲ ਆਪਣੇ ਤੌਰ 'ਤੇ ਆਜ਼ਾਦ, ਕਿਤੇ ਡਿਬੇਟ ਕਰਨ, ਪਰ ਬਾਕੀ 98% ਪੋਲੂਸ਼ਨ 'ਤੇ ਕੋਈ ਡਿਬੇਟ ਹੈ? ਹਵਾ ਦੇ ਵਿੱਚ ਪ੍ਰਦੂਸ਼ਣ 51% ਇੰਡਸਟਰੀ ਕਰਦੀ, ਹਵਾ ਦੇ ਵਿੱਚ ਪ੍ਰਦੂਸ਼ਣ 25% ਆਵਾਜਾਈ ਦੇ ਸਾਧਨ ਕਰਦੇ। ਸਾਡੀ ਗੱਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਹੈਗਾ। ਤਾਂ ਇਸ ਕਰਕੇ ਇੱਕ ਅਸੀਂ ਤਾਂ ਕਹਿ ਰਹੇ ਵੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ। ਸਾਨੂੰ ਤੁਸੀਂ ਨਾ ਤਾਂ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਲਾਗੂ ਕਰ ਦਿਓ, ਸਾਨੂੰ ਕੋਈ ਜੋ ਸੁਪਰੀਮ ਕੋਰਟ ਨੇ ਕਿਹਾ 2400 ਰੁਪਈਆ ਦੇ ਦਿਓ। ਤੁਸੀਂ ਅਜਿਹਾ ਕਰਨ 'ਚ ਸਫਲ, ਜੋ ਮਸ਼ੀਨਰੀ ਤੁਸੀਂ ਦਾਅਵਾ ਕਰ ਰਹੇ ਹੋ ਉਹ ਥੋੜ੍ਹੀ ਮਿਕਦਾਰ ਵਿੱਚ ਹੈ, ਸਪੇਸ ਜ਼ਿਆਦਾ ਵਾ, ਤਾਂ ਸਾਨੂੰ ਬਗੈਰ ਮਤਲਬ ਤੋਂ ਖਲਨਾਇਕ ਬਣਾਇਆ ਜਾ ਰਿਹਾ। ਨਸ਼ਿਆਂ 'ਤੇ ਵੱਡੇ ਪੱਧਰ 'ਤੇ ਵੱਡਾ ਲੰਮਾ ਰੌਲਾ ਚੱਲਿਆ ਜੀ। ਅਸੀਂ ਸਪਸ਼ਟ ਕਰਨੇ ਆ, ਨਸ਼ਿਆਂ 'ਤੇ ਭਗਵੰਤ ਮਾਨ ਸਰਕਾਰ ਫੇਲ ਆ। ਅਸੀਂ ਕਿਸੇ ਵੀ ਉਹਦੇ ਆਰਗੂ ਨਾਲ ਸਹਿਮਤ ਨਹੀਂ ਹੈਗੇ। ਅਸੀਂ ਕਿਹਾ ਤੁਹਾਡੇ ਕੋਲ ਵਿਲ ਪਾਵਰ ਦੀ ਕਮੀ ਆ, ਜੇ ਵਿਲ ਪਾਵਰ ਹੋਵੇ ਤਾਂ ਪੰਜਾਬ 'ਚੋਂ ਨਸ਼ਾ ਬੰਦ ਹੋ ਜਾਏ। ਅਸੀਂ ਬਠਿੰਡੇ ਦੀਆਂ ਹੋਰ ਥਾਵਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ, ਜਿਹੜੀ ਕਹਿੰਦੇ ਵਿਲੇਜ ਕਮੇਟੀ ਹੁਣ ਨਵੀਂ ਸਿਰੇ ਕਹਿੰਦੇ ਬਣਾਉਣੀ ਆ। ਅਸੀਂ ਕਿਹਾ ਵਿਲੇਜ ਕਮੇਟੀਆਂ 'ਤੇ ਮੁਕੱਦਮੇ ਹੋਏ, ਵਿਲੇਜ ਕਮੇਟੀਆਂ 'ਤੇ ਗੋਲੀਆਂ ਚੱਲੀਆਂ, ਜਿਹੜੇ ਨਸ਼ਾ ਰੋਕੂ ਕਮੇਟੀਆਂ ਨੂੰ ਨਿਸ਼ਾਨਾ ਬਣਾਇਆ ਗਾ, ਔਰ ਤੁਹਾਡੀ ਪੁਲਿਸ ਨਾਲ ਖੜੀ ਰਹੀ ਉਹਨਾਂ ਦੇ ਜਿਹੜੇ ਨਸ਼ਾ ਤਸਕਰ ਸੀ। ਉਹ ਕਹਿੰਦੇ 26,000 ਬੰਦਾ ਫੜਿਆ। ਅਸੀਂ ਕਿਹਾ ਵੀ ਉਹਨਾਂ 'ਚੋਂ ਨਸ਼ੇ ਤਸਕਰ ਵੇਚਣ ਵਾਲੇ ਕਿਹੜੇ ਆ? ਆਮ ਪਬਲਿਕ ਤਾਂ ਤੁਸੀਂ ਫੜ ਲਈ ਹੋਊਗੀ, ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਹੈਗਾ। ਤਾਂ ਇਹ ਇਸ ਤਰੀਕੇ ਨਾਲ ਬਾਕੀ ਕੋਟਲਾ ਸਾਹਿਬ ਕਰ ਲੈਣਗੇ ਗੱਲਾਂ 'ਤੇ। ਬਹੁਤ ਸਾਰੇ 'ਤੇ ਭਰੋਸੇ ਦਿੱਤੇ ਗਏ ਆ, ਬਹੁਤ ਸਾਰੇ ਥਾਵਾਂ 'ਤੇ ਗੱਲਾਂ ਕਹੀਆਂ ਗਈਆਂ। ਚਲੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕਿਹੜੀਆਂ ਗੱਲਾਂ ਪੂਰੀਆਂ ਹੁੰਦੀਆਂ, ਕਿਹੜੀਆਂ ਨਹੀਂ ਹੁੰਦੀਆਂ। ਚਲੋ ਦੂਜਾ ਜਿਹੜਾ ਇਸ਼ੂ ਸੀਗਾ ਬਿਜਲੀ ਬੋਰਡ ਨਾਲ ਸੰਬੰਧਿਤ, ਅਸੀਂ ਉਹ ਹਰ ਵਾਰੀ ਇਹ ਕਹਿ ਰਹੇ ਹਾਂ ਵੀ ਜਿਹੜੇ ਮੀਟਰ ਉਹ ਨਾ ਲਾਏ ਜਾਣ, ਚਿੱਪ ਵਾਲੇ ਮੀਟਰ ਜਿਹੜੇ ਕਹਿੰਦੇ ਜਾਣੇ। ਚੇਅਰਮੈਨ ਇਸ ਗੱਲ 'ਤੇ ਜਮਾਂ ਹੀ ਉਸ ਨੀਤੀ ਜਿਹੜੀ ਲਿਆ ਰਹੇ ਆ ਵੇਚਣ ਦੀ, ਉਹ 'ਤੇ ਸਟੈਂਡ ਕਰਦੇ। ਅਸੀਂ ਕਿਹਾ ਸੀ ਵੀ ਜਿਹੜੀ ਤੁਸੀਂ ਪਹਿਲਾਂ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਸਾਡਾ ਮੰਨਿਆ ਕਿ ਖਪਤਕਾਰ ਆਜ਼ਾਦ ਹੋਵੇ, ਉਹ ਕੋਈ ਮੀਟਰ ਲਾਵੇ, ਪਰ ਤੁਸੀਂ ਸ਼ਰਤ ਨਾਲ ਜਦੋਂ ਤੁਹਾਡੀ ਦੁਕਾਨ ਦੇ ਵਿੱਚ ਕੋਈ ਚੀਜ਼ ਹੀ ਨਹੀਂ ਮਜਬੂਰ ਕਰਦੇ ਹੋ, ਇਹਦਾ ਮਤਲਬ ਪ੍ਰਾਈਵੇਟ ਨੂੰ ਜਿਹੜਾ ਰਾਹ ਹੈ ਸਾਫ਼ ਹੋ ਰਿਹਾ। ਤਾਂ ਅਸੀਂ ਕਿਹਾ ਸੀ ਵੀ ਜਿਹੜੇ ਖਪਤਕਾਰਾਂ ਦੀਆਂ ਮਸਲੇ ਆ ਇਹ 'ਤੇ ਸਪੈਸ਼ਲ ਮੀਟਿੰਗ ਸੱਦ ਕੇ ਕੋਈ ਪੋਲਸੀ ਬਣਾ ਕੇ ਜਿਹੜੀ ਨਵੇਂ ਸਿਰੇ ਤੋਂ ਕਰੋ। ਇਹਦੇ ਵਿੱਚ ਮੈਨੂੰ ਲੱਗਦਾ ਵੀ ਸਾਫ਼ ਸੀ ਉਹਨਾਂ ਦਾ ਜਵਾਬ ਵੀ ਅਸੀਂ ਤਾਂ ਜਿਹੜਾ ਪਿਛ ਖੜ੍ਹੇ ਆ ਜਾਣੇ, ਜੇ ਐਂ ਕਹਿਣਾ ਹੋਵੇ ਆਪਦੇ ਸਟੈਂਡ 'ਤੇ ਮੁੱਕਰੇ ਨੇ ਸਰਕਾਰ ਸਾਡੇ ਨਾਲ ਕਹਿ ਕੇ, ਜਿਹੜੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਕਹਿੰਦੇ ਰਹੇ ਵੀ ਅਸੀਂ ਮੀਟਰ ਨਹੀਂ ਲਾਵਾਂਗੇ, ਤਾਂ ਹੁਣ ਉਹ ਕਹਿੰਦੇ ਵੀ 9,00,000 ਮੀਟਰ ਲੱਗ ਗਿਆ। ਇਹਦਾ ਮਤਲਬ ਉਹ ਜਿਹੜੀ ਗਿਣਤੀ ਹੈ ਉਹ ਵਧਾ ਕੇ ਪੇਸ਼ ਕਰ ਰਹੇ ਨੇ, ਪਰ ਜਿਹੜੇ ਅਸੀਂ ਕਹਿ ਸੀ ਵੀ ਐਵਰੇਜਾਂ ਦੇ ਲੋਕਾਂ ਨੂੰ ਬਿੱਲ ਪੈ ਰਹੇ ਨੇ ਜਾਂ ਜਿਹੜੇ ਘਰਾਂ ਵੰਡਾਂ ਦੇ ਰੌਲੇ ਆ ਉੱਥੇ ਮੀਟਰ ਨਹੀਂ ਲੱਗ ਰਹੇ, ਉਹ ਸਾਰੀਆਂ ਗੱਲਾਂ ਤੋਂ ਇਸ ਗੱਲ ਤੋਂ ਸਰਕਾਰ ਪਿੱਛੇ ਹੈਗੀ ਆ। ਦੂਜੀ ਨਾਲ ਜਿਹੜੀ ਅਸੀਂ ਮੋਰਚੇ ਨਾਲ ਸੰਬੰਧਿਤ ਮੰਗਾਂ ਰੱਖੀਆਂ ਦੋਨੇ ਫੋਰਮਾਂ ਨਾਲ ਜਿਹੜੇ ਸੰਬੰਧਿਤ ਹੈ ਉਹ ਇਸ਼ੂ ਸਾਰੇ ਜਿਹੜੇ ਅੱਜ ਰੱਖੇ ਆ, ਬਹੁਤਿਆਂ 'ਤੇ ਸਾਨੂੰ ਇਹ ਲੱਗਦਾ ਵੀ ਸਰਕਾਰ ਪਿੱਛੇ ਹਟਦੀ ਨਜ਼ਰ ਆਈ ਆ। ਅਵਾਰਾ ਪਸ਼ੂ ਵਾਲੇ ਮਸਲੇ 'ਤੇ ਗਊ ਟੈਕਸ ਲਿਆ ਜਾ ਰਿਹਾ, ਉਹਦੇ ਜਿਹੜੇ ਪ੍ਰਬੰਧ ਹੈ ਸਾਰੇ ਉਹ ਫਿਰ ਗਊਸ਼ਾਲਾ 'ਤੇ ਛੱਡਤਾ ਜੀ, ਅਸੀਂ ਕਮੇਟੀ ਬਣਾਵਾਂਗੇ ਵੀ ਜਿਹੜੇ ਐਕਸੀਡੈਂਟ ਹੋ ਰਹੇ ਨੇ, ਐਕਸੀਡੈਂਟਾਂ ਦੀ ਸਰਕਾਰ ਜ਼ਿੰਮੇਵਾਰ ਸਿੱਧੀ, ਜੇ ਸਾਥੋਂ ਟੈਕਸ ਗਰਾ ਰਹੀ ਆ ਤਾਂ ਉਹਦਾ ਪ੍ਰਬੰਧ ਕਿਉਂ ਨਹੀਂ ਕਰ ਰਹੀ? ਇਹ ਸਾਰਾ ਜਿਹੜਾ ਸੜਕਾਂ 'ਤੇ ਜਿਹੜੇ ਆ ਰਹੇ ਨੇ ਉਹ ਸਾਰਾ ਇਹ ਸਰਕਾਰ ਪ੍ਰਬੰਧ ਕਰੇ।
ਮੈਨੂੰ ਇਹ ਲੱਗਦਾ ਵੀ ਮੀਟਿੰਗ ਸਾਡੀ ਜਿਵੇਂ ਬੜੀ ਲੰਮੀ ਚੱਲੀ, ਲੰਮੀ ਮੀਟਿੰਗ ਦੇ ਵਿੱਚੋਂ ਭਾਰਤ ਮਾਲਾ ਵਾਲੇ ਜਿਹੜਾ ਰੋਲ ਭਾਰਤ ਨਹੀਂ ਕਿਸੇ ਇਸ਼ੂ ਤੇ ਨਹੀਂ ਸਹਿਮਤ, ਕੁਛ ਇਸ਼ੂ ਨੇ ਹਾਂ ਜਦ ਮੀਟਿੰਗ ਦਾ ਜੇ ਅਸਲ ਦੇਖਾਂਗੇ ਵੀ ਜਿਹੜੀ ਭਾਰਤ ਮਾਲਾ ਵਾਲੀ ਹੈ ਕਿਸਾਨਾਂ ਦੀ ਕੀ ਮੰਗ ਹੈ, ਕਿਸਾਨਾਂ ਦੀ ਮੰਗ ਹੈ ਵੀ ਸਾਡਾ ਜਿਹੜੇ ਇੱਕ ਏਕੜ ਦੇ ਵਿਚਾਲ ਦੀ ਨੰਘ ਹੈ, ਉਹਨਾਂ ਦੀ ਦੋ ਕਨਾਲਾਂ ਇੱਧਰ ਰਹਿ ਗਈ, ਦੋ ਇੱਧਰ ਰਹਿ ਗਈ, ਉਹ ਮੰਗ ਰਿਹਾ ਵੀ ਮੇਰਾ ਇਹਦਾ ਪ੍ਰਬੰਧ ਤਾਂ ਕਰੇ ਸਰਕਾਰ ਦੇਵੇ, ਉਹਨੂੰ ਜੋੜ ਕੇ ਹਰਿਆਣੇ ਦੇ ਨਾਲ ਪੇਸ਼ ਕੀਤਾ ਜਾ ਰਿਹਾ। ਨਹੀਂ ਜੇ ਅੱਜ ਜੇ ਕਹਿਣਾ ਹੋਵੇ ਤਾਂ ਬੇਸਿੱਟਾ ਹੀ ਰਹਿਣਾ, ਜੇ ਅਸਲ ਦਲੀਲ ਦੇ ਵਿੱਚ ਜੋ ਪੱਖ ਨਾ ਰੱਖੇ ਸਰਕਾਰ ਸਾਡੀਆਂ, ਅਸੀਂ ਦਲੀਲਾਂ ਨਾਲ ਰੱਖਿਆ ਜਿਹੜਾ ਇੰਨਾ ਸਮਾਂ ਲਾਇਆ, ਅਸੀਂ ਆਪਾਂ ਨੌ ਇਸ਼ੂ ਉਠਾਏ ਨੇ, ਨੌ ਇਸ਼ੂਆਂ ਤੇ ਅੱਧਾ ਅੱਧਾ ਘੰਟਾ ਲੱਗਿਆ ਸਾਡਾ ਪੂਰੇ ਦਲੀਲ ਦੇ ਨਾਲ ਵੀ ਘੱਟੋ ਘੱਟ ਪੰਜਾਬ ਸਰਕਾਰ ਆਪਦਾ ਪੱਖ ਤਾਂ ਪੇਸ਼ ਕਰੇ ਲੋਕਾਂ ਚ ਪਬਲਿਕ ਚ ਕਰੇ। ਅਸੀਂ ਕਿਹਾ ਕਿ ਜੇ ਖਪਤਕਾਰ ਨੂੰ ਖੁੱਲਾ ਛੱਡਿਆ ਜਾਵੇ, ਜੇ ਕੋਈ ਲਵਾਉਣਾ ਚਾਹੁੰਦਾ ਲਵਾਵੇ, ਜਾਂ ਜਿਹੜੇ ਪਿਛਲੇ ਮੀਟਰ ਆ ਉਹ ਲਵਾਵੇ। ਨਹੀਂ ਸਿੱਟਾ ਬੇ ਸਿੱਟਾ ਤਾਂ ਮੈਂ ਨਾ ਕਹਿੰਦਾ, ਐ ਨੀ ਕਹਿੰਦਾ ਸਿੱਟਾ ਬੀ ਸਿੱਟਾ ਤਾਂ 15 ਤੋਂ ਬਾਅਦ ਪਤਾ ਲੱਗ ਜੂ, ਜੋ ਭਰੋਸਾ ਦਿੱਤਾ ਜੇ ਉਹ ਪੂਰਾ ਨਾ ਕਰਨਗੇ ਤੁਸੀਂ ਇਹਨੂੰ ਬੇਸਿੱਟਾ ਕਹਿ ਲਿਓ, ਜੇ ਕੋਈ ਭਰੋਸਾ ਦਿੱਤਾ ਹੈਗਾ, ਜੇ ਕੋਈ ਭਰੋਸਾ ਦਿੱਤਾ ਜੇ ਉਹ ਪੂਰਾ ਕਰਨਗੇ ਫਿਰ ਅਸੀਂ ਕੁਛ ਸਫਲ ਹੋਈ ਕੁਛ ਬੇਸਿੱਟਾ ਹੋਈ। ਅੱਜ ਨੀ ਕਹਿ ਸਕਦੇ, ਨਹੀਂ ਅਗਲੀ ਕੋਈ ਮੀਟਿੰਗ ਨੀ ਹੈਗੀ, ਮੋਰਚਾ ਸਾਡਾ ਅੰਦੋਲਨ ਜਿਹੜਾ ਚੱਲ ਰਿਹਾ ਸਾਹਿਬ ਧੂਰੀ ਵਾਲੀ ਮਿੱਲ ਦਾ ਸਾਹਿਬ ਮੁੱਕਰ ਕੇ ਮੁੱਖ ਮੰਤਰੀ ਦੇ ਹਲਕੇ ਦੀ ਆ, ਪਹਿਲੀ ਵਾਰ ਕਿਹਾ ਸੀ ਵੀ ਧੂਰੀ ਮਿੱਲ ਚਲਾਵਾਂਗੇ, ਉਹਨਾਂ ਵਾਅਦਾ ਵੀ ਕੀਤਾ ਸੀ, ਹੁਣ ਕਹਿੰਦੇ ਵੀ ਉਹ ਮਿੱਲਰ ਜਵਾਬ ਦੇ ਗਿਆ ਮਿੱਲ ਨਹੀਂ ਚੱਲੂਗੀ, ਕਿਸਾਨ ਆਗੂਆਂ ਦਾ ਕਹਿਣਾ ਵੀ ਅਸੀਂ ਮਿੱਲ ਦੀ ਪ੍ਰਾਪਰਟੀ ਨਹੀਂ ਵਿਕਣ ਦਾਂਗੇ, ਹੁਣ ਦਿਓ ਟਕਰਾਵ ਆ, ਹੁਣ ਦੇਖਦੇ ਕੀ ਬਣਦਾ। 15 ਤੱਕ ਦਾ ਭਰੋਸਾ ਕੀਤਾ ਜੀ? ਨਹੀਂ ਭਰੋਸਾ ਹੈਗਾ ਵੀ ਸ਼ਹੀਦਾਂ ਦੀ ਪਾਲਿਸੀ ਬਣਾਵਾਂਗੇ, ਠੀਕ ਆ, ਭਰੋਸਾ ਇਹ ਹੈਗਾ ਵੀ ਸ਼ਹੀਦ ਪਰਿਵਾਰ ਨੂੰ ਨੌਕਰੀਆਂ ਦੇ ਦਾਂਗੇ, ਭਰੋਸਾ ਇਹ ਹੈਗਾ ਵੀ ਜਿਹੜੇ ਇਸ਼ੂ ਨੇ ਗੰਨੇ ਨਾਲ ਸੰਬੰਧਿਤ ਉਹ ਹੱਲ ਕਰਾਂਗੇ, ਕੁਛ ਚੀਜ਼ਾਂ ਤੇ ਭਰੋਸਾ ਵਾ। ਮੈਂ ਕਹਿੰਦਾ ਜੋ ਨੀਅਤ ਤੇ ਨੀਤੀ ਉਹ ਸਾਨੂੰ ਸਪਸ਼ਟ ਆ, ਪਰ ਅਸਲ ਵਿੱਚ ਇਹ 15 ਤਰੀਕ ਤੋਂ ਬਾਅਦ ਸਪਸ਼ਟ ਹੋ ਜੂ ਵੀ ਸਿੱਟਾ ਕੇ ਬੇਸਿੱਟਾ। ਰਣਨੀਤੀ ਕੀ ਰਹੂਗੀ ਅੱਗੇ ਦੀ? ਅੰਦੋਲਨ ਦਿੱਲੀ ਨਾਲ ਚੱਲ ਰਿਹਾ, ਅੰਦੋਲਨ ਜਾਰੀ ਰਹੂਗਾ, ਔਰ ਜੇ ਮਸਲੇ ਪੰਜਾਬ ਵਿੱਚ ਖੜੇ ਤਾਂ ਅੰਦੋਲਨ ਪੰਜਾਬ 'ਚ ਵੀ ਕਰਾਂਗੇ।